ਤਿਰੰਗੇ 'ਚ ਲਿਪਟ ਕੇ ਘਰ ਪਹੁੰਚਿਆ ਸ਼ਹੀਦ ਦਾ ਮ੍ਰਿਤਕ ਸਰੀਰ। ਤਾਂ ਦੱਸਦੇ ਕਿ ਇਸ ਸ਼ਹੀਦ ਦਾ ਨਾਮ ਜਗਮੋਹਨ ਸਿੰਘ ਹੈ, ਜੋ ਕਿ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਤੇ ਹੁਣ ਇਸਦਾ ਮ੍ਰਿਤਕ ਸਰੀਰ ਇਸਦੇ ਘਰ ਪਹੁੰਚਿਆ, ਜਿੱਥੇ ਪਰਿਵਾਰਕ ਮੈਂਬਰਾਂ ਦੇ ਹੰਝੂ ਵੇਖੇ ਨਹੀਂ ਜਾ ਰਹੇ ਤਾਂ ਪਰਿਵਾਰ ਸਮੇਤ ਪੂਰੇ ਪਿੰਡ ਦੀਆਂ ਅੱਖਾਂ ਵੀ ਨਮ ਦਿਖੀਆਂ। ਮਿਲੀ ਜਾਣਕਾਰੀ ਅਨੁਸਾਰ ਗਲਤੀ ਦੇ ਨਾਲ ਡਿਊਟੀ ਤੇ ਗੋਲੀ ਚੱਲ ਗਈ ਸੀ, ਜਿਸ ਦੇ ਵਿੱਚ ਜਗਮੋਹਨ ਦੀ ਜਾਨ ਚਲੀ ਗਈ, ਜਿਸ ਤੋਂ ਬਾਅਦ ਸੈਨਾ ਨੇ ਪੂਰੇ ਸਨਮਾਨ ਦੇ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ। ਤਾਂ ਦੱਸਦੇ ਕਿ ਹੁਸ਼ਿਆਰਪੁਰ ਤੇ ਮੁਕੇਰੀਆ ਦਾ ਰਹਿਣ ਵਾਲਾ ਸੀ ਤਾਂ 15 ਸਾਲ ਪਹਿਲਾਂ BSF ਦੇ ਵਿੱਚ ਭਰਤੀ ਹੋਇਆ ਸੀ ਤੇ ਕੁਝ ਦਿਨ ਪਹਿਲਾਂ ਹੀ ਹਲੇ ਛੁੱਟੀ ਕੱਟ ਕੇ ਗਿਆ ਸੀ ਤਾਂ ਡਿਊਟੀ ਦੌਰਾਨ ਦੁਰਘਟਨਾ ਦੇ ਵਿੱਚ ਇਸਦੇ ਸਿਰ ਤੇ ਗੋਲੀ ਲੱਗ ਜਾਂਦੀ ਹੈ ਤੇ ਇਸਦੀ ਜਾਨ ਚਲੀ ਜਾਂਦੀ ਹੈ। ਤੇ ਹੁਣੇ ਤਸਵੀਰਾਂ ਇਸਦੇ ਘਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸਦੇ ਕਿ ਜਗਮੋਹਨ ਦੇ ਵੱਡੇ ਭਰਾ ਨੇ ਦੱਸਿਆ ਕਿ ਜਗਮੋਹਨ ਆਪਣੇ ਪਿੱਛੇ ਪਤਨੀ ਅਤੇ ਇੱਕ ਮੁੰਡਾ ਛੱਡ ਗਿਆ ਤੇ ਕੁਝ ਦਿਨ ਪਹਿਲਾਂ ਹੀ ਹਲੇ ਡਿਊਟੀ ਖਤਮ ਕਰਕੇ ਗਿਆ ਸੀ ਤੇ ਇਹਨਾਂ ਨੂੰ ਕੀ ਪਤਾ ਸੀ ਕਿ ਇਸਨੇ ਵਾਪਸ ਨਹੀਂ ਆਉਣਾ। ਜਗਮੋਹਨ ਦੇ ਭਰਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਸਦੇ ਸ਼ਹੀਦ ਭਰਾ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਕੀਤੀ ਜਾਵੇ। ਇਹਨਾਂ ਦੀ ਨੌਕਰੀ 15-16 ਸਾਲ ਹੋ ਗਈ ਹੈ ਤੇ ਇਹ ਸ਼ਹੀਦ 3 ਦਿਨ ਹੋ ਗਏ ਇਹਨਾਂ ਨੂੰ। ਇਹ ਕਿਹੜੀ ਜਗ੍ਹਾ 'ਚ ਸੀਗਾ? ਇਹ ਸੀਤਾਮੜ੍ਹੀ ਹੈ, ਬਿਹਾਰ 'ਚ। ਬਿਹਾਰ 'ਚ ਤੇ ਉਸ ਤੋਂ ਬਾਅਦ ਪਰਿਵਾਰ 'ਚ ਕੌਣ ਕੌਣ ਹੈ? ਪਰਿਵਾਰ 'ਚ ਸਾਡੀ ਮਾਤਾ ਜੀ ਹੈ, ਹੋਰ ਬ੍ਰਦਰ ਹੈਗੇ 3, 4 ਭਰਾ ਹੈਗੇ, 5 ਭਰਾ ਸੀ ਅਤੇ ਇਹ ਸ਼ਹੀਦ ਹੋ ਗਏ ਭਰਾ ਛੋਟੇ ਮੇਰੇ ਤੋਂ। ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ? ਅਸੀਂ ਮੰਗ ਕਰਦੇ ਹਾਂ ਵੀ ਸਾਡੇ ਉਹਨਾਂ ਦੇ ਪਰਿਵਾਰ ਦੇ ਸਾਰੇ ਖਿਆਲ ਕੀਤਾ ਜਾਵੇ, ਸਾਨੂੰ ਪੂਰੀ ਦੇਖ ਰੇਖ 'ਚ ਰੱਖਿਆ ਜੀ। ਪਿੰਡ ਡਾਲਾਂ ਦੇ ਜਵਾਨ ਸੀਗੇ ਜਗਮੋਹਨ ਜੀ ਅਤੇ ਨਾਲ 17 ਸਾਲ ਇਹਨਾਂ ਨੇ SSA 'ਤੇ ਸਰਵਿਸ ਕੀਤੀ ਪੈਰਾਮਿਲਟਰੀ 'ਚ। ਅੱਜ ਐਕਸੀਡੈਂਟਲੀ ਉਹਨਾਂ ਦੀ ਜਿਹੜੀ ਮੇਰੇ ਖਿਆਲ ਨਾਲ ਕੱਲ੍ਹ ਮ੍ਰਿਤਿਉ ਹੋਈ ਸੀਗੀ ਅਤੇ ਜਿਹਦੇ ਕਰਕੇ ਪੂਰੇ ਇਲਾਕੇ 'ਚ ਸ਼ੋਕ ਦੀ ਲਹਿਰ ਹੈ। ਪਿੰਡ ਵਾਲੇ ਵੱਖ ਵੱਖ ਆਪਣੇ ਹਲਕੇ ਦੇ ਚਾਹੇ ਭਾਵੇਂ ਪੰਜਾਬ ਦੇ ਹੋਣ, ਜਿੰਨੇ ਵੀ ਰਿਸ਼ਤੇਦਾਰ ਹੈ, ਸਾਰਿਆਂ ਨੂੰ ਬੜਾ ਇਹ ਦੁੱਖ ਦੀ ਘੜੀ ਹੈ ਅਤੇ ਆਪਾਂ ਇਸ ਦੁੱਖ ਦੀ ਘੜੀ 'ਚ ਇਹਨਾਂ ਦੇ ਨਾਲ ਹੈ। ਅੱਜ ਡਾਲ ਪਿੰਡ ਦੇ ਵਿੱਚ ਡਾਲ ਪਿੰਡ ਦਾ ਸਪੁੱਤਰ ਜਗਮੋਹਨ, ਜਿਹਦੇ ਪਿਤਾ ਦਾ ਨਾਂ ਪਿਆਰਾ ਲਾਲ ਸੀ, ਇਹ ਪਰਿਵਾਰ ਦੇਸ਼ ਦੀ ਸੇਵਾ 2 ਪੀੜ੍ਹੀਆਂ ਤੋਂ ਕਰਦਾ ਆ ਰਿਹਾ। ਜਗਮੋਹਨ ਦੇ ਪਿਤਾ ਜੀ ਵੀ ਆਰਮੀ 'ਚ ਸੀਗੇ, ਉਹਨਾਂ ਦੀ 7-8 ਸਾਲ ਪਹਿਲੇ ਮੌਤ ਹੋਈ ਔਰ ਜਗਮੋਹਨ ਜਿਹੜਾ ਸੀਤਾਮੜ੍ਹੀ 'ਚ ਇਸ ਵੇਲੇ ਆਪਣੀ ਡਿਊਟੀ 'ਚ BSF ਦੇ ਵਿੱਚ ਕੰਮ ਕਰਦਾ, ਉੱਥੇ ਡਿਊਟੀ 'ਤੇ ਤੈਨਾਤ ਸੀ, ਉੱਥੇ ਕੋ ਹਾਦਸਾ ਹੋਣ ਕਰਕੇ ਇਹਦੀ ਮ੍ਰਿਤਿਉ ਹੋ ਗਈ। ਦੇਸ਼ ਦੀ ਧਰੋਹਰ ਹੁੰਦੇ ਆ ਇਹ ਜਵਾਨ, ਅਸੀਂ ਤਾਂਹੀਓ ਘਰ 'ਚ ਆਰਾਮ ਨਾਲ ਸੌਂਦੇ ਹਾਂ ਕਿ ਇਹ ਸਾਡੇ ਦੇਸ਼ ਦੀਆਂ ਸੀਮਾਵਾਂ ਦੀ ਰਾਖੀ ਕਰਦੇ ਆ ਸਾਰੇ। ਔਰ ਇਹਦਾ ਜਗਮੋਹਨ ਛੋਟੀ ਉਮਰ ਦੇ ਵਿੱਚ ਹੀ, ਲਗਭਗ 34-35 ਸਾਲ ਦੀ ਉਮਰ ਵਿੱਚ ਹੀ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ। ਦੇਸ਼ ਨੂੰ ਇਹਦਾ ਨੁਕਸਾਨ ਹੈ ਔਰ ਇਹ ਪੂਰਤੀ ਜਿਹੜੀ ਹੈ ਇਹ ਬੜੀ ਮੁਸ਼ਕਲ ਹੈ। ਔਰ ਮੈਂ ਇਹਨਾਂ ਦੇ ਪਰਿਵਾਰ ਦੇ ਨਾਲ, ਆਪਣੀ ਪਾਰਟੀ ਵੱਲੋਂ, ਆਪਣੇ ਸਾਰੇ ਸਾਥੀਆਂ ਵੱਲੋਂ ਸਾਂਤਵਨਾ ਪੇਸ਼ ਕਰਦਾ ਔਰ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਕਿ ਹਾਂ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਪਰਿਵਾਰ ਨੂੰ, ਜਗਮੋਹਨ ਦੇ ਸਾਰੇ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ, ਸੰਬੰਧੀਆਂ ਨੂੰ ਇਹ ਜਿਹੜੀ ਦੁੱਖ ਦੀ ਘੜੀ ਹੈ ਇਹ ਦੁੱਖ ਝੱਲਣ ਦਾ ਸ਼ਕਤੀ ਦੇਵੇ।